स्टूडेंट आज ਅਸੀਂ 6ਵੀਂ ਸ਼੍ਰੇਣੀ ਦੀ ਪੁਸਤਕ ਸਾਰਾ ਪੰਜਾਬੀ ਪਾਠਮਾਲਾ ਵਿੱਚ ਦਰਜ ਪਾਠ ਨੰਬਰ 5 ਬੁੱਧੂ ਕਹਾਣੀ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਹਿਲਾਂ ਅਸੀਂ ਇਸ ਪਾਠ ਦੇ ਸਾਰ ਬਾਰੇ ਜਾਣਕਾਰੀ ਲਵਾਂਗੇ ਬੁੱਧੂ ਪਾਠ ਵਿੱਚ ਇੱਕ ਵਿਅਕਤੀ ਦਾ ਨਾਂ ਬੁੱਧੂ ਹੈ ਉਹ ਬਹੁਤ ਹੀ ਪੋੜਾ ਤੇ ਲਾਈ ਲਗ ਇਨਸਾਨ ਹੈ ਉਸ ਕੋਲ ਇੱਕ ਖੋਤਾ ਸੀ ਜਿਸ ਤੇ ਉਹ ਮਿੱਟੀ ਲੱਦ ਕੇ ਲਿਉਂਦਾ ਤੇ ਮਿੱਟੀ ਦੇ ਭਾਂਡੇ ਬਣਾ ਕੇ ਸ਼ਹਿਰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਇੱਕ ਦਿਨ ਉਸ ਨੂੰ ਸ਼ਹਿਰ ਕੋਈ ਕੰਮ ਸੀ ਉਸ ਦਾ ਪੁੱਤਰ ਜਿੱਦ ਕਰਨ ਲੱਗਾ ਕਿ ਬਾਪੂ ਮੈਂ ਵੀ ਤੇਰੇ ਨਾਲ ਸ਼ਹਿਰ ਜਾਣਾ ਹੈ ਬੁੱਧੂ ਸਹੰਤੀ ਪ੍ਰਗਟ ਕਰਦਾ ਹੈ ਕਿ ਦੋਵੇਂ ਸ਼ਹਿਰ ਤੁਰ ਪੈਂਦੇ ਹਨ ਥੋੜੀ ਦੂਰ ਜਾਣ ਤੇ ਉਹਨਾਂ ਨੂੰ ਇੱਕ ਆਦਮੀ ਕਹਿਣ ਲੱਗਾ ਭਾਈ ਬੁੱਧੂਆ ਕਿੱਥੇ ਜਾ ਰਿਹਾ ਹੈ ਬੁੱਧੂ ਕਹਿੰਦਾ ਅਸੀਂ ਸ਼ਹਿਰ ਜਾ ਰਹੇ ਹਾਂ ਫਿਰ ਉਹ ਕਹਿੰਦਾ ਇਹ ਖੋਤਾ ਖਾਲੀ ਕਿਉਂ ਹੈ ਮੁੰਡੇ ਨੂੰ ਉੱਪਰ ਬਿਠਾ ਦੇ ਉਹ ਮੁੰਡੇ ਨੂੰ ਖੋਤੇ ਤੇ ਬਿਠਾ ਦਿੰਦਾ ਹੈ ਤੇ ਆਪ ਤੁਰਨ ਲੱਗ ਪੈਂਦਾ ਹੈ ਥੋੜੀ ਹੀ ਦੂਰ ਜਾਣ ਤੇ ਇੱਕ ਹੋਰ ਆਦਮੀ ਬੋਲਿਆ ਬੁੱਧੂ ਤੈਨੂੰ ਅਕਲ ਨਹੀਂ ਮੁੰਡਾ ਤੇਰਾ ਹੱਟਾ ਕੱਟਾ ਹੈ ਤੇ ਤੂੰ ਸਿਆਣਾ ਬਿਆਣਾ ਤੁਰਕੇ ਜਾ ਰਿਹਾ ਹੈ ਮੇਰੀ ਮਨ ਤੂੰ ਖੋਤੇ ਤੇ ਬੈਠ ਜਾ ਤੇ ਮੁੰਡੇ ਨੂੰ ਤੋੜ ਕੇ ਲਿਜਾ ਉਹ ਫਿਰ ਇਸੇ ਤਰ੍ਹਾਂ ਹੀ ਕਰਦਾ ਹੈ ਫਿਰ ਉਸ ਨੂੰ ਥੋੜੀ ਦੂਰ ਜਾਣ ਤੇ ਦੋ ਤਿੰਨ ਔਰਤਾਂ ਮਿਲਦੀਆਂ ਹਨ ਉਹ ਕਹਿਣ ਲੱਗੀਆਂ ਬੁੱਧੂ ਤੂੰ ਆਹ ਖੋਤੇ ਤੇ ਬੈਠਾ ਹੈ ਤੇ ਵਿਚਾਰੇ ਮੁੰਡੇ ਨੂੰ ਤੋੜ ਕੇ ਲੈ ਜਾ ਰਿਹਾ ਹੈ ਫਿਰ ਉਹ ਬੁੱਧੂ ਔਰਤਾਂ ਨੂੰ ਕਹਿੰਦਾ ਹੈ ਤੁਸੀਂ ਹੀ ਦੱਸੋ ਮੈਂ ਕੀ ਕਰਾਂ ਔਰਤਾਂ ਨੇ ਕਿਹਾ ਮੁੰਡੇ ਨੂੰ ਵੀ ਨਾਲ ਹੀ ਬਿਠਾ ਲੈ ਦੋਵੇਂ ਪਿਓ ਪੁੱਤ ਖੋਤੇ ਤੇ ਬੈਠੇ ਸਨ ਜਾਨਵਰ ਵਿਚਾਰਾ ਅਧ ਮੋਇਆ ਜਿਹਾ ਹੋ ਗਿਆ ਕਿਸੇ ਨੇ ਰੋਕਿਆ ਤੇ ਕਿਹਾ ਵਿਚਾਰੇ ਜਾਨਵਰ ਤੇ ਤਰਸ ਕਰੋ ਜੇ ਉਹ ਬੋਲ ਨਹੀਂ ਸਕਦਾ ਤਾਂ ਤੁਸੀਂ ਆਪਣੀ ਮਨਮਰਜ਼ੀ ਕਰੋਗੇ ਉਹ ਦੋਵੇਂ ਪਿਓ ਪੁੱਤਰ ਲਹੰਤਾਂ ਸੁਣ ਕੇ ਹੀਠਾ ਉੱਤਰ ਗਏ ਉਸਨੇ ਲੋਕਾਂ ਨੂੰ ਖੁਸ਼ ਕਰਨ ਲਈ ਇੱਕ ਵਿਉਂਤ ਬਣਾਈ ਖੋਤੇ ਦੀਆਂ ਲੱਤਾਂ ਡੰਡੇ ਨਾਲ ਬਨ ਕੇ ਪਿਓ ਪੁੱਤਰ ਅੱਗੇ ਪਿੱਛੇ ਹੋ ਕੇ ਡੰਡੇ ਨੂੰ ਪਕੜ ਤੁਰਨ ਲੱਗੇ ਅੱਗੇ ਨਦੀ ਦਾ ਪੁਲ ਸੀ ਪੁਲ ਲੰਘਦੇ ਸਮੇਂ ਖੋਤੇ ਦੀਆਂ ਲੱਤਾਂ ਹਿੱਲ ਗਈਆਂ ਉਹਨਾਂ ਕੋਲ ਸੰਭਲ ਨਾ ਹੋਇਆ ਡੰਡੇ ਸਮੇਤ ਖੋਤਾ ਨਦੀ ਵਿੱਚ ਡਿੱਗ ਗਿਆ ਹੁਣ ਬੁੱਧੂ ਸੋਚ ਰਿਹਾ ਸੀ ਕਿ ਲੋਕਾਂ ਦੀਆਂ ਗੱਲਾਂ ਮਗਰ ਲੱਗ ਉਸਨੇ ਆਪਣਾ ਖੋਤਾ ਗਵਾ ਲਿਆ ਹੈ ਅਖੀਰ ਉਸਨੇ ਪ੍ਰਣ ਕੀਤਾ ਕਿ ਉਹ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਵੇਗਾ ਸੋ ਪਿਆਰੇ ਬੱਚਿਓ ਇਹ ਸੀ ਸਾਡੇ ਬੁੱਧੂ ਚੈਪਟਰ ਦਾ ਸਾਰ ਹੁਣ ਅਸੀਂ ਇਸ ਦੇ ਨਾਲ ਹੀ ਇਸ ਪਾਠ ਵਿੱਚਲੇ ਔਖੇ ਸ਼ਬਦਾਂ ਦੇ ਅਰਥ ਪੜਾਂਗੇ ਸੋ ਪਿਆਰੇ ਵਿਦਿਆਰਥੀਓ ਜਿਵੇਂ ਪਿੰਡ ਇਸ ਨੂੰ ਅਸੀਂ ਪੰਜਾਬੀ ਵਿੱਚ ਗिरा ਤੇ ਇੰਗਲਿਸ਼ ਵਿੱਚ ਵਿਲੇਜ ਬੋਲਾਂਗੇ ਇਸ ਦੇ ਨਾਲ ਹੀ ਪੋਲਾ ਇਸ ਦਾ ਅਰਥ ਸ਼ਰੀਫ ਇਨੋਸੈਂਟ ਆਈ ਡਬਲ ਐਨ ਓ ਸੀ ਈ ਐਂਟੀ ਇਸ ਦੇ ਨਾਲ ਹੀ ਸਾਡਾ ਫਰੇਜ਼ ਹੈ ਮਗਰ ਲੱਗ ਤੁਰਨਾ ਪਾਪ ਲਾਈ ਲੱਗ ਹੋਣਾ ਉਸ ਦੇ ਨਾਲ ਅਗਲਾ ਬਥੇਰਾ ਸਮਝਾਉਂਦੀ ਮਤਲਬ ਬਹੁਤ ਯਾਦਾ ਸਮਝਾਉਂਦੀ ਤੇ ਸਾਡੀ ਇਸ ਪੈਰੇ ਦੀ 7ਵੀਂ ਲਾਈਨ ਮਿੱਟੀ ਦੇ ਭਾਂਡੇ ਬਣਾਉਂਦਾ ਜਿਵੇਂ ਬਹੁਤੇ ਸ਼ਬਦਾਂ ਨਹੀਂ ਥਾਂ ਇੱਕ ਸ਼ਬਦ ਹੁੰਦਾ ਹੈ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਉਸ ਨੂੰ ਅਸੀਂ ਕੀ ਬੋਲਾਂਗੇ কুমਿਆਰ ਇਹ ਤੁਸੀਂ ਯਾਦ ਰੱਖਣਾ ਹੈ ਕਿ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਸਾਨੂੰ 1 ਵਰਡ ਵੀ ਆ ਸਕਦਾ ਹੈ ਜਿਸ ਦਾ ਉੱਤਰ ਹੋਵੇਗਾ কুমਿਆਰ ਇਸ ਦੇ ਨਾਲ ਹੀ ਗੁਜਾਰਾ ਵਧੀਆ ਗੁਜਾਰਾ ਮਤਲਬ ਡਾਂਗ ਟਪਾਉਣਾ ਜਾਂ ਪਾਉ ਰੋਟੀ ਪਾਣੀ ਵਧੀਆ ਚੱਲਦਾ ਜਾਣਾ ਇੱਕ ਦਿਨ ਪਾ 1 ਡੇ ਉਸ ਦੇ ਨਾਲ ਹੀ ਸਾਡਾ ਹੈ ਅਗਲੀ ਪੈਰੇ ਦਾ ਜਿੱਦ ਕਰਨਾ ਟੂ ਇਨਸਿਸਟ ਪਾਉ ਹਿੰਦ ਕਰਨੀ ਜਾਂ ਅੜੀ ਕਰਨੀ ਇਸ ਨੂੰ ਅਸੀਂ ਹੋਰ ਵਰਡ ਵਿੱਚ ਵੀ ਬੋਲ ਸਕਦੇ ਹਾਂ ਹਿੰਦ ਕਰਨੀ ਜਾਂ ਅੜੀ ਕਰਨੀ ਇਸ ਦੇ ਨਾਲ ਹੀ ਸਾਡੇ ਅਗਲੇ ਪੈਰੇ ਵਿੱਚ ਹੈ ਜਲਦੀ ਭਾਵ ਛੇਤੀ ਨਾਲ ਸੂਨ ਸਮਾਂ ਵਕਤ ਟਾਈਮ ਹੁਣ ਸਹਿਮਤੀ ਸਾਡਾ ਰੈੱਡ ਵਰਡ ਹੈ ਪਾਵੇ ਪਹਿਲਾਂ ਹੀ ਦਿੱਤਾ ਹੋਇਆ ਹੈ ਪਰ ਇਸ ਦਾ ਅਸੀਂ ਅਰਥ ਲਿਖਾਂਗੇ ਰਾਜੀ ਹੋ ਜਾਣਾ ਐਗਰੀ ਕਰਨਾ ਨੈਕਸਟ ਥੋੜੀ ਹੀ ਦੇਰ ਬਾਅਦ ਪਾ कु समे बाफ्टर छोटा है पाव नि जहा है लिटल बेबी जिन्हू सही है साड वर्ड है इसका अस अर्थ वेख चुके हैं पहला ही दिता होया है ठीक है मतलब ऑल राइट अकल बुद्धि सियाण समझदारी विजडम डबल्यू आई एस d o m ਹਟਾ ਕਟਾ ਇਹ ਸਾਡਾ ਰੈਡ ਵਰਡ ਹੈ ਇਸ ਦਾ ਅਰਥ ਦਿੱਤਾ ਹੋਇਆ ਹੈ ਤਕੜਾ ਭਾਪ ਮਸਕੂਲਰ m u s c u l a r ਸਿਆਣਾ ਬਿਆਣਾ ਭਾਪ ਵੱਡੀ ਉਮਰ ਵਾਲਾ 올ਡ ਏਜ ਇਹ ਸਨ ਸਾਡੇ ਇਸ ਇਸ ਪਾਠ ਦੇ ਔਕੇ ਸ਼ਬਦ ਹੁਣ ਅਸੀਂ ਇਸ ਪਾਠ ਦੀ ਰੀਡਿੰਗ ਕਰਾਂਗੇ ਜੋ ਤੁਹਾਡੇ ਸਾਹਮਣੇ ਪੇਜ ਖੁੱਲਿਆ ਆਇਆ ਹੈ ਪੇਜ ਨੰਬਰ ਸਾਡਾ 30 ਹੈ ਜਿਸ ਦੀ ਅਸੀਂ ਇੱਕ ਦਿਨ ਦੀ ਰੀਡਿੰਗ ਪੂਰੀ ਕਰਾਂਗੇ ਸੰਖੇਪ ਇੱਕ ਪਿੰਡ ਤੋਂ ਲੈ ਕੇ ਤੋਰ ਕੇ ਲੇ ਜਾ ਤੱਕ ਅਸੀਂ ਆਪਣਾ ਇੱਕ ਦਿਨ ਦੀ ਰੀਡਿੰਗ ਪੂਰੀ ਕਰਾਂਗੇ ਇੱਕ ਪਿੰਡ ਵਿੱਚ ਬੁੱਧੂ ਨਾਂ ਦਾ ਬੰਦਾ ਰਹਿੰਦਾ ਸੀ ਉਹ ਬਹੁਤ ਭੋਲਾ ਸੀ ਜਿੱਦਾਂ ਕੋਈ ਕਹਿੰਦਾ ਉਸਦੇ ਮਗਰ ਲੱਗ ਤੁਰਦਾ ਉਸ ਦੀ ਪਤਨੀ ਉਸ ਨੂੰ ਬਥੇਰਾ ਸਮਝਾਉਂਦੀ ਕਿ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਈਦਾ ਪਰੰਤੂ ਉਸ ਤੇ ਕੋਈ ਅਸਰ ਨਾ ਹੁੰਦਾ ਉਸ ਨੇ ਘਰ ਵਿੱਚ ਇੱਕ ਖੋਤਾ ਰੱਖਿਆ ਹੋਇਆ ਸੀ ਉਹ ਖੋਤੇ ਤੇ ਮਿੱਟੀ ਲੱਦ ਕੇ ਲਿਆਉਂਦਾ ਮਿੱਟੀ ਦੇ ਭਾਂਡੇ ਬਣਾਉਂਦਾ ਤੇ ਸ਼ਹਿਰ ਜਾ ਕੇ ਵੇਚ ਆਉਂਦਾ ਇਸ ਤਰ੍ਹਾਂ ਉਸ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਹੁਣ ਅਸੀਂ ਇਸ ਪੈਰੇ ਵਿੱਚ ਪੜਿਆ ਹੈ ਕਿ ਬੁੱਧੂ ਨਾਂ ਦਾ ਇੱਕ ਵਿਅਕਤੀ ਹੈ ਉਹ ਬਹੁਤ ਹੀ ਭੋਲਾ ਹੈ ਉਸ ਦੇ ਕੋਲ ਇੱਕ ਖੋਤਾ ਹੈ ਤੇ ਉਹ ਮਿੱਟੀ ਦੇ ਭਾਂਡੇ ਬਣਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਤੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਘਰ ਨੂੰ ਤੋਰ ਰਿਹਾ ਸੀ ਇੱਕ ਦਿਨ ਉਸ ਨੂੰ ਸ਼ਹਿਰ ਕੋਈ ਕੰਮ ਸੀ ਉਸਨੇ ਆਪਣੇ ਖੋਤੇ ਨੂੰ ਨਾਲ ਲਿਆ ਤੇ ਸ਼ਹਿਰ ਨੂੰ ਤੁਰਨ ਲੱਗਾ ਉਸਦਾ ਪੁੱਤਰ ਜिद ਕਰਦਾ ਕਹਿਣ ਲੱਗਾ ਬਾਪੂ ਮੈਨੂੰ ਸ਼ਹਿਰ ਜਾਣਾ ਹੈ ਮੈਂ ਕਦੀ ਸ਼ਹਿਰ ਨਹੀਂ ਦੇਖਿਆ ਮੈਨੂੰ ਵੀ ਨਾਲ ਲੈ ਕੇ ਚੱਲ ਚੱਲ ਫਿਰ ਜਲਦੀ ਤਿਆਰ ਹੋ ਕੇ ਆ ਸਮਾਂ ਬਹੁਤ ਘਟ ਹੈ ਆਪਾਂ ਮੁੜ ਕੇ ਵੀ ਆਉਣਾ ਬੁੱਧੂ ਨੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਉਹ ਇਸ ਪੈਰੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਦਿਨ ਬੁੱਧੂ ਸ਼ਹਿਰ ਜਾਣ ਦੀ ਯੋਜਨਾ ਬਣਾਉਂਦਾ ਹੈ ਪਰ ਉਸ ਦਾ ਪੁੱਤਰ ਜਿੱਦ ਕਰਦਾ ਹੈ ਹਿੰਦ ਕਰਦਾ ਹੈ ਅੜੀ ਕਰਦਾ ਹੈ ਕਿ ਬਾਪੂ ਮੈਂ ਕਦੀ ਸ਼ਹਿਰ ਨਹੀਂ ਵੇਖਿਆ ਮੈਂ ਤੇਰੇ ਨਾਲ ਸ਼ਹਿਰ ਜਾਣਾ ਹੀ ਜਾਣਾ ਹੈ ਫਿਰ ਉਸ ਦਾ ਬਾਪੂ ਉਸ ਦੀ ਹਿੰਦ ਨੂੰ ਪੂਰੇ ਕਰਨ ਲਈ ਉਸ ਨੂੰ ਆਪਣੇ ਨਾਲ ਸ਼ਹਿਰ ਲੇ ਜਾਣ ਦੀ ਗੱਲ ਕਰਦਾ ਹੈ ਥੋੜੀ ਹੀ ਦੇਰ ਬਾਅਦ ਦੋਵੇਂ ਪਿਓ ਪੁੱਤਰ ਤੇ ਖੋਤਾ ਸ਼ਹਿਰ ਨੂੰ ਤੁਰੇ ਜਾ ਰਹੇ ਸਨ ਹਾਲੇ ਉਹ ਥੋੜੀ ਹੀ ਦੂਰ ਗਏ ਸਨ ਕਿ ਉਹਨਾਂ ਨੂੰ ਕੋਈ ਕਹਿਣ ਲੱਗਾ ਭਾਈ ਬੁੱਧੂਆ ਕਿੱਥੇ ਜਾ ਰਿਹਾ ਹੈ ਸ਼ਹਿਰ ਜਾ ਰਿਹਾ ਹਾਂ ਬੁੱਧੂ ਬੋਲਿਆ ਫਿਰ ਇਹ ਖੋਤਾ ਖਾਲੀ ਕਿਉਂ ਜਾ ਰਿਹਾ ਹੈ ਇਹਦੇ ਤੇ ਮੁੰਡੇ ਨੂੰ ਕਿਉਂ ਨਹੀਂ ਬਿਠਾ ਦਿੰਦਾ ਵਿਚਾਰਾ ਹਾਲੇ ਛੋਟਾ ਹੈ ਥੱਕ ਜਾਏਗਾ ਉਹ ਆਦਮੀ ਬੋਲਿਆ ਗੱਲ ਤਾਂ ਤੇਰੀ ਸਹੀ ਹੈ ਐਨਾ ਕਹਿ ਕੇ ਉਸਨੇ ਮੁੰਡੇ ਨੂੰ ਖੋਤੇ ਤੇ ਬਿਠਾ ਦਿੱਤਾ ਤੇ ਆਪ ਨਾਲ-ਨਾਲ ਪੈਦਲ ਚੱਲਣ ਲੱਗਾ ਇਸ ਪੈਰੇ ਵਿੱਚ ਦੱਸਿਆ ਗਿਆ ਹੈ ਕਿ ਥੋੜੇ ਹੀ ਸਮੇਂ ਬਾਅਦ ਕੁਝ ਸਮੇਂ ਬਾਅਦ ਉਹ ਪਿਓ ਪੁੱਤਰ ਸ਼ਹਿਰ ਨੂੰ ਤੁਰ ਪੈਂਦੇ ਹਨ ਉਹ ਦੋਵੇਂ ਪਿਓ ਪੁੱਤਰ ਪੈਦਲ ਚੱਲ ਰਹੇ ਹੁੰਦੇ ਹਨ ਤੇ ਖੋਤਾ ਖਾਲੀ ਹੀ ਜਾ ਰਿਹਾ ਹੁੰਦਾ ਹੈ ਤੇ ਰਸਤੇ ਵਿੱਚ ਉਸ ਨੂੰ ਕੋਈ ਮਿਲਦਾ ਹੈ ਉਹ ਵਿਅਕਤੀ ਉਹਨਾਂ ਨੂੰ ਕਹਿੰਦਾ ਹੈ ਕਿ ਛੋਟਾ ਬੱਚਾ ਹੈ ਉਸ ਨੂੰ ਖੋਤੇ ਤੇ ਕਿਉਂ ਨਹੀਂ ਬਿਠਾ ਲੈਂਦਾ ਖੋਤਾ ਖਾਲੀ ਜਾ ਰਿਹਾ ਹੈ ਤੂੰ ਉਸ ਨੂੰ ਖੋਤੇ ਤੇ ਬਿਠਾ ਲੈ ਉਹ ਉਸ ਦੀ ਗੱਲ ਮੰਨ ਕੇ ਆਪਣੇ ਪੁੱਤਰ ਨੂੰ ਖੋਤੇ ਤੇ ਬਿਠਾ ਲੈਂਦਾ ਹੈ ਤੇ ਆਪ ਉਸ ਦੇ ਨਾਲ ਪੈਦਲ ਤੁਰਨ ਲੱਗ ਪੈਂਦਾ ਹੈ ਹਾਲੇ ਉਹ ਥੋੜੀ ਹੀ ਦੂਰ ਗਏ ਸਨ ਕਿ ਉਹਨਾਂ ਨੂੰ ਫਿਰ ਇੱਕ ਆਦਮੀ ਰੋਕ ਕੇ ਕਹਿ ਲੱਗਾ ਬੁੱਧੂਆ ਤੈਨੂੰ ਅਕਲ ਵੀ ਨਹੀਂ ਹੈ ਮੁੰਡਾ ਤੇਰਾ ਹਟਾ ਕੱਟਾ ਇਹਨੂੰ ਖੋਤੇ ਤੇ ਬਿਠਾਇਆ ਹੋਇਆ ਤੇ ਆਪ ਤੂੰ ਸਿਆਣਾ ਬਿਆਣਾ ਹੋ ਕੇ ਧੁਰਿਆ ਜਾ ਰਿਹਾ ਹੈ ਮੇਰੀ ਮੰਨ ਤੇ ਆਪ ਖੋਤੇ ਤੇ ਬੈਠ ਤੇ ਮੁੰਡੇ ਨੂੰ ਤੋੜ ਕੇ ਲਿਜਾ ਉਨ ਅਖੀਰਲੇ ਇਸ ਪੈਰੇ ਵਿੱਚ ਦੱਸਿਆ ਹੈ ਕਿ ਉਹ ਥੋੜੀ ਹੀ ਅਝਾਲੇ ਦੂਰ ਜਾਂਦਾ ਹੈ ਤਾਂ ਇੱਕ ਆਦਮੀ ਉਸ ਨੂੰ ਹੋਰ ਮਿਲ ਜਾਂਦਾ ਹੈ ਜੋ ਉਸ ਨੂੰ ਕਹਿੰਦਾ ਹੈ ਕਿ ਮੁੰਡਾ ਤੇਰਾ ਹਟਾ ਕੱਟਾ ਹੈ ਤੇ ਮੁੰਡੇ ਨੂੰ ਤੂੰ ਖੋਤੇ ਤੇ ਨਾ ਬਿਠਾ ਤੂੰ ਸਿਆਣਾ ਬਿਆਣਾ ਹੈ ਤੂੰ ਖੋਤੇ ਤੇ ਬੈਠ ਜਾ ਤੇ ਉਸ ਨੂੰ ਤੁਰ ਕੇ ਲੈ ਜਾ ਇਹ ਸੀ ਬੱਚਿਓ ਸਾਡੇ ਇੱਕ ਦਿਨ ਦਾ ਪੂਰਾ ਚੈਪਟਰ ਭਾਗ ਸੰਖੇਪ ਸਾਡਾ ਇੱਕ ਪਿੰਡ ਤੋਂ ਲੈ ਕੇ ਤੋਰ ਕਿਲੇ ਜਾ ਤੱਕ ਸੀਗਾ ਤੇ ਅਸੀਂ ਇੱਕ ਦਿਨ ਦਾ ਪੂਰਾ ਅਸੀਂ ਪੜ ਲਿਆ ਹੈ ਹੁਣ ਤੁਸੀਂ ਇਸ ਨੂੰ ਦੋ ਤਿੰਨ ਵਾਰ ਹੋਰ ਪੜੋਗੇ ਤਾਂ ਤੁਹਾਡੀ ਪੂਰੀ ਜਾਣਕਾਰੀ ਹੋ ਜਾਵੇਗੀ ਧੰਨਵਾਦ